ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਨਾਨਕ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸੰਧੂ ਸਾਹਿਬ, ਤੁਹਾਡੇ ਇਲਾਕੇ ਦੇ ਇੰਚਾਰਜ ਮਨਪ੍ਰੀਤ ਜੀਸੇਵਾਲ ਜੀ, ਬਿੰਟੂ ਜੀ ਅਰੀ, ਸਾਰੇ ਹੀ ਕਾਂਗਰਸ ਪਾਰਟੀ ਦੇ ਸਾਥੀ ਸਰਪੰਚ ਸਾਹਿਬਾਨ, ਸਾਬਕਾ ਸਰਪੰਚ ਸਾਹਿਬਾਨ ਦੇ ਸਾਥੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਨਮਾਨ ਕਰਨ ਵਾਸਤੇ ਆਇਆ। ਜਦੋਂ ਮੈਂ ਪਹਿਲੀ ਵਾਰੀ ਆਇਆ ਆਪਣੇ ਇਲਾਕੇ ਚ, ਤਾਂ ਲੋਕਾਂ ਨੇ ਕਿਹਾ ਕਿ ਰਾਜੇ ਮਰਿੰਦਰ ਇੱਕ ਤਰੀਕ ਤੋਂ ਬਾਅਦ ਵੇਖਣਾ ਨਹੀਂਗਾ, ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਫੈਸਲਾ ਜੋ ਮਰਜ਼ੀ ਹੋਵੇ, ਚਾਹੇ ਰਾਜਾ ਮਰਿੰਦਰ ਜਿੱਤੇ ਚਾਹੇ ਹਾਰੇ, ਤੇ ਰਾਜਾ ਮਰਿੰਦਰ ਤੁਹਾਨੂੰ ਤੁਹਾਡੇ ਪਿੰਡਾਂ ਦੇ ਵਿੱਚ ਤੁਰਦਾ ਫਿਰਦਾ ਨਜ਼ਰ ਆਵੇਗਾ ਤੇ ਤੁਹਾਡੇ ਇਲਾਕੇ ਦੇ ਕੰਮ ਕਰਾਵੇਗਾ। ਵਾਅਦੇ ਦੇ ਮੁਤਾਬਕ ਜੋ ਸ਼ੇਖੋ ਪੂਰੇ ਵਾਲਿਆਂ ਨੇ ਮੇਰੇ ਤੇ ਕਰਜ਼ਾ ਚੜਾਇਆ, ਕੋਈ ਅਸਾਂ ਪਹਿਲਾਂ ਧੰਨਵਾਦ ਕਰਨ ਵਾਸਤੇ ਮੈਂ ਤੁਹਾਡੇ ਕੋਲ ਆਇਆ। ਇਹ ਕਰਜ਼ਾ ਲੈਣ ਵਾਲਾ ਨਹੀਂ ਹੈ, ਇਹ ਤੁਹਾਡਾ ਕਰਜ਼ਾ ਮੇਰੇ ਸਿਰ ਅੱਗੇ, ਔਰ ਅਗਲੇ 5 ਸਾਲ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ। ਜਿੱਥੇ ਵੀ ਜਦੋਂ ਸੰਧੂ ਸਾਹਿਬ ਜਾਂ ਤੁਸੀਂ ਬੁਲਾਓਗੇ, ਜਿਹੜਾ ਕਿਤੇ ਅੜਿਆ ਪੁੜਿਆ ਜੋ ਵੀ ਤੁਹਾਡਾ ਕੰਮ ਹੋਏਗਾ, ਉਹਦੇ ਹਾਸੇ ਰਾਜਾ ਮਰਿੰਦਰ ਹਮੇਸ਼ਾ ਤਤਪਰ ਰਹੇਗਾ, ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ। ਸਾਢੇ 500 ਬੰਦਾ ਉੱਥੇ 5 ਮਿੰਟ ਮਿਲੇ ਸੀ ਤੁਹਾਡੇ ਪੁੱਤਰ ਨੂੰ ਬੋਲਣ ਦੇ, ਪੰਜਾਬ ਤੋਂ ਇੱਧਰ ਉੱਧਰ ਕਰਕੇ ਬੜੇ ਮੁਸ਼ਕਲ ਤਰੀਕੇ ਨਾਲ ਮੌਕਾ ਉੱਥੇ ਬੋਲਣ ਦਾ ਲੈਣਾ ਪੈਂਦਾ, ਕਿਉਂਕਿ ਜਿੰਨੇ ਉਮੀਦਵਾਰ ਤੁਹਾਡੇ ਜਿੱਤਦੇ ਹੈ ਉਹਦੇ ਮੁਤਾਬਕ ਸਮਾਂ ਮਿਲਦਾ ਹੈ। ਆਪਣੀ ਪਾਰਟੀ ਦਾ 100 ਬੰਦਾ ਜਿੱਤਿਆ ਗਿਆ, ਫਿਰ 100 ਬੰਦੇ ਦੇ ਵਿੱਚੋਂ ਸਭ ਤੋਂ ਪਹਿਲਾਂ ਜੇ 2 ਘੰਟੇ ਰਾਹੁਲ ਗਾਂਧੀ ਸਾਡੇ ਲੀਡਰ ਸਾਹਿਬਾਨ, ਉਹਨਾਂ ਨੇ ਘੰਟਾ ਸਵਾ ਘੰਟਾ ਉਹ ਬੋਲ ਦਿੰਦੇ ਹੈ, ਫਿਰ ਦੂਜਿਆਂ ਦੇ 5-5, 7-7 ਮਿੰਟ ਹਿੱਸੇ ਆਉਂਦੇ ਕਿਉਂਕਿ ਉਹ ਆਪੋਜੀਸ਼ਨ ਦੇ ਲੀਡਰ ਨੇ, ਫਿਰ ਉਹ 5-7 ਮਿੰਟ ਜਿਹੜੇ ਮਿਲੇ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਸੁਣਿਆ ਹੋਣਾ। ਪਹਿਲਾਂ ਆਪਾਂ ਪੰਜਾਬ ਚੋਂ ਬੋਲੇ, ਪੰਜਾਬ ਦੀ ਕਿਸਾਨੀ ਤੇ ਬੋਲੇ, ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਿਹਾ ਕਿ ਤੁਹਾਨੂੰ ਤਰਸ ਨਹੀਂ ਆਇਆ, ਤੁਸੀਂ ਭੁੱਲ ਗਏ ਪੰਜਾਬ ਨੂੰ, ਤੁਸੀਂ ਹਿੰਦੁਸਤਾਨ ਦੇ ਨਕਸ਼ੇ ਤੋਂ ਇਹ ਮਹਿਸੂਸ ਕਰਦੇ ਕਿ ਪੰਜਾਬ ਇੱਕ ਵੱਖਰਾ ਸੂਬਾ ਹੈ, ਇਸ ਕਰਕੇ ਮੇਰੇ ਪੰਜਾਬ ਦੇ ਕਿਸਾਨਾਂ ਦੀ ਅੱਜ ਇਹ ਹਾਲਤ ਹੈ। ਸਾਡੇ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ, ਹੁਣ ਬਾਰਡਰ ਤੇ ਸਾਡਾ ਕਿਸਾਨ ਕਈ ਮਹੀਨਿਆਂ ਤੋਂ ਫਿਰ ਉਸੇ ਤਰ੍ਹਾਂ ਬੈਠਾ ਹੈ। ਔਰ ਰਾਹੁਲ ਗਾਂਧੀ ਨੇ ਵੀ ਇਹ ਕਿ ਪੰਜਾਬ ਦੇ ਕਿਸਾਨਾਂ ਦੀ, ਔਰ ਸਾਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਬਾਬੇ ਨਾਨਕ ਦੀ ਫੋਟੋ ਨੂੰ ਚੱਕ ਕੇ ਬਾਬੇ ਨਾਨਕ ਦਾ ਜੋ ਉਪਦੇਸ਼ ਸੀਗਾ ਕਿ ਸਭ ਦਾ ਪਿਆਰ ਕਰਨਾ, ਸਭ ਨੂੰ ਨਾਲ ਲੈ ਕੇ ਚੱਲਣ ਦਾ, ਉਹਦੇ ਬਾਰੇ ਰਾਹੁਲ ਗਾਂਧੀ ਨੇ ਦੇਸ਼ ਦੀ ਸੰਸਦ ਦੇ ਵਿੱਚ ਸਾਡੇ ਗੁਰੂ ਨਾਨਕ ਦੀ ਫੋਟੋ ਚੱਕ ਕੇ ਉਸ ਜਿਹੜਾ ਉਹਨਾਂ ਦਾ ਉਪਦੇਸ਼ ਸੀ ਉਹਦੀ ਚਰਚਾ ਕੀਤੀ ਔਰ ਉਹਦੀ ਮਹਿਮਾ ਕੀਤੀ, ਔਰ ਉਸ ਤੋਂ ਬਾਅਦ ਫਿਰ ਉਹ ਗੁੱਸੇਵਾਲਾ ਸਾਹਿਬ ਦਾ ਆਪਣਾ ਜਿਹੜਾ ਬਹੁਤ ਵੱਡਾ ਪੰਜਾਬ ਦਾ ਮੁੱਦਾ ਹੈ। ਮੈਂ ਕਿਹਾ ਤੁਸੀਂ ਇੰਟਰਨੈਸ਼ਨਲ ਸਿਕਿਉਰਿਟੀ ਦੀ ਗੱਲ ਕਰਦੇ ਹੋ, ਤੁਸੀਂ ਕਹਿ ਰਹੇ ਹੋ ਅਸੀਂ ਪਾਕਿਸਤਾਨ ਨੂੰ ਚਿਹਰੇ ਚੜਾਉਂਦੇ ਹਾਂ, ਤੁਸੀਂ ਚਾਈਨਾ ਨੂੰ ਅਸੀਂ ਇਹ ਲਾਲ ਅੱਖ ਨਾਲ ਵੇਖਿਆ, ਲੇਕਿਨ ਹਿੰਦੁਸਤਾਨ ਦੇ ਵਿੱਚ ਜਿਹੜਾ ਪੰਜਾਬ ਦਾ ਹੀਰਾ ਸੀ ਜਿਹਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਪੈਦਾ ਕੀਤਾ ਔਰ ਅਮਰੀਕਾ ਤੇ ਕੈਨੇਡਾ ਦੀਆਂ ਸਕਰੀਨਾਂ ਤੇ ਚੱਲਦਾ ਰਿਹਾ, ਜਿਹੜਾ ਬਿਲਬੋਰਡ ਹੈ ਹਰ
ਮਹੀਨੇ ਵਿਚ ਸੌ ਗਾਣਾ ਕੀਤਾ ਗਾਣਾ ਪਹਿਲੇ ਨੰਬਰ ਤੇ ਉਹਦਾ ਅੱਜ ਵੀ ਮੁੱਕੇ ਵਾਲਾ ਚਲਾ ਗਿਆ। ਇਸ ਦੇ ਬਾਵਜੂਦ ਵੀ ਪਹਿਲੇ ਦੂਜੇ ਤੀਜੇ ਨੰਬਰ ਤੇ ਛੋਟੀ ਮੁੱਕੇ ਵਾਲਾ ਰਹਿੰਦਾ ਤੇ ਹਜੇ ਤੱਕ ਕੋਈ ਮਾਂ ਪਿਓ ਨੂੰ ਇਨਸਾਫ ਨਹੀਂ ਮਿਲਿਆ। ਪਹਿਲੀ ਵਾਰੀ ਫਿਰ ਆਪਾਂ ਸੰਸਦ ਦੇ ਵਿਚ ਮੁੱਕੇ ਵਾਲੇ ਦਾ ਮੁੱਦਾ ਚੱਕ ਕੇ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਵਾਕਈ ਇਨਸਾਫ ਦੇਣਾ ਚਾਹੁੰਦੇ ਹੋ ਤੇ ਤੁਸੀਂ ਇੰਟਰਨਲ ਸਿਕਿਉਰਿਟੀ ਦੀ ਗੱਲ ਕਰਦੇ ਹੋ, ਦੇਸ਼ ਦੀ ਗੱਲ ਕਰਦੇ ਹੋ, ਤਾਂ ਫਿਰ ਇਹ ਸਭ ਤੋਂ ਵੱਡਾ ਮੁੱਦਾ ਹੈ। ਫਿਰ ਦਰਿਆਏ ਨਾਲ ਜੁੜਿਆ ਹੋਇਆ ਕਾਰੋਬਾਰੀਆਂ ਨਾਲ ਜੁੜਿਆ ਹੋਇਆ ਮੁੱਦਾ। ਮੈਂ ਕਿਹਾ ਤੁਸੀਂ ਮੇਕ ਇੰਡੀਆ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਇੰਨੀਆਂ ਉਚਾਈਆਂ ਛੂ ਗਿਆ, ਇਕਾਨਮੀ ਦਾ ਸਭ ਤੋਂ ਵੱਡਾ ਭੁਰਾ ਮਾਰਦਾ ਜਾ ਰਿਹਾ ਸਾਡਾ ਦੇਸ਼। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਲੁਧਿਆਣੇ ਦੀ ਜਿਹੜੀ ਸਾਈਕਲ ਇੰਡਸਟਰੀ ਹੈ ਸਾਡੀ, ਉਹ ਦਿਨ ਬ ਦਿਨ ਪੂਰਾ ਮਾੜਾ ਹਾਲ ਹੁੰਦਾ ਜਾ ਰਿਹਾ। ਇੰਡਸਟਰੀਆਂ ਵਾਲੇ, ਹੌਜਰੀ ਇੰਡਸਟਰੀ, ਡਾਇੰਗ ਇੰਡਸਟਰੀ ਤੇ ਬਾਹਰਲੇ ਸੂਬਿਆਂ 'ਚ ਜਾ ਰਹੀਆਂ ਤੁਹਾਡੀਆਂ ਮਾੜੀਆਂ ਨੀਤੀਆਂ ਕਰਕੇ। ਮੈਂ ਕਿਹਾ ਚਾਈਨਾ 30 ਕਰੋੜ ਸਾਈਕਲ ਬਣਾਉਂਦਾ ਹੈ ਇੱਕ ਸਾਲ ਦੇ ਵਿੱਚ, ਤੇ ਉਹਨਾਂ ਦਾ ਸਾਈਕਲ 25,000 ਤੋਂ ਲੈ ਕੇ 2.5 ਲੱਖ ਰੁਪਏ ਤੱਕ ਦਾ ਵਿਕਦਾ ਹੈ। ਕਿ ਇਸ ਤਰ੍ਹਾਂ ਦਾ ਸਾਈਕਲ ਹੌਲੇ ਜਿਹੜੇ ਕਿਲੋ ਕਿਲੋ 2-2 ਕਿਲੋ ਦੇ ਭਾਰ ਦੇ ਕਾਰਬਨ ਸਾਈਕਲ ਬਣਦੇ ਉੱਥੇ ਸਾਡਾ, ਉਸ ਤੋਂ ਬਾਅਦ ਲੁਧਿਆਣਾ ਆਉਂਦਾ ਹੈ। ਹਿੰਦੁਸਤਾਨ ਤੁਸੀਂ ਕਹਿੰਦੇ ਤਰੱਕੀ ਕਰ ਗਿਆ, ਲੇਕਿਨ 2.5 ਕਰੋੜ ਸਾਈਕਲ ਬਣਾਉਂਦਾ ਹਿੰਦੁਸਤਾਨ ਕੇਵਲ ਇੱਕ ਸਾਲ ਦੇ ਵਿੱਚ। ਚਾਈਨਾ 30 ਕਰੋੜ ਤੇ ਅਸੀਂ 2.5 ਕਰੋੜ, ਤੇ ਸਾਡਾ ਸਾਈਕਲ 2500 ਰੁਪਏ ਤੋਂ ਲੈ ਕੇ ਵਿਕਦਾ ਹੈ। ਕਿਵੇਂ ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਕੰਪੀਟ ਕਰਾਂਗੇ? ਜਿਹੜਾ ਲੁਧਿਆਣਾ ਦੁਨੀਆਂ ਦਾ ਪੰਜਾਬੇਸ਼ ਦਾ ਮੈਨਚੈਸਟਰ ਕਿਹਾ ਜਾਂਦਾ ਸੀ ਜੀ, ਉਹ ਡੇਢ ਦਿਨ ਮੰਦੀ ਦੇ ਦੌਰ ਵਿੱਚ ਜਾ ਰਿਹਾ। ਦੇਖੋ ਜੇ ਅਭਿਯੋਗ ਨਹੀਂ ਹੋਏਗਾ, ਸਾਡਾ ਵਪਾਰ ਨਹੀਂ ਹੋਏਗਾ, ਤਾਂ ਫਿਰ ਅਸੀਂ ਸਾਡਾ ਸੂਬਾ ਤਰੱਕੀ ਨਹੀਂ ਕਰ ਸਕਦਾ। ਖੇਤੀ ਦੇ ਨਾਲ ਨਾਲ ਸਾਨੂੰ ਇਹੋ ਜਿਹੜੇ ਕਾਰੋਬਾਰੀ ਹੋਣਗੇ ਉਹਦੇ ਨਾਲ ਸਾਡੇ ਸੂਬੇ ਨੇ ਤਰੱਕੀ ਕਰਨੀ। ਮੈਂ ਅੱਗੇ ਕਹਿਣਾ ਚਾਹੁੰਦਾ, ਇਹ 9 ਮਾਸ ਦਾ ਰਿਸ਼ਤਾ ਹੈ ਕਿਸਾਨ ਦਾ ਤੇ ਵਪਾਰੀ ਦਾ, ਇਹਨੂੰ ਆਪਸ ਵਿੱਚ ਅਸੀਂ ਜੋੜ ਕੇ ਰੱਖਣਾ। ਕਿਤੇ ਨਾ ਕਿਤੇ ਇਸ ਵਾਰੀ ਜਿਹੜਾ ਆਪਾਂ ਨੂੰ ਹਰਿਆਣੇ ਦੇ ਬਾਰਡਰ ਤੇ ਰੋਕਿਆ ਗਿਆ, ਉਹਦੇ ਵਿੱਚ ਇੱਕ ਇਹ ਵੀ ਗੱਲ ਸੀ ਕਿ ਲੁਧਿਆਣੇ ਦੇ ਵਪਾਰੀ ਤੰਗ ਹੋਣਗੇ, ਕਿਉਂਕਿ ਉਹਨਾਂ ਨੇ ਸਿੱਧਾ ਦਿੱਲੀ ਨੂੰ ਜਾਣਾ ਸੀ, ਉਹਨਾਂ ਦਾ ਨੁਕਸਾਨ ਵੀ ਹੋਇਆ। ਪਰ ਕਿਸਾਨ ਦਾ ਕੋਈ ਕਸੂਰ ਨਹੀਂ ਹੈ, ਜੇ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਫਿਰ ਉਹਨੇ ਬਾਰਡਰ ਤੇ ਰਹਿਣਾ ਸੀਗਾ, ਜਿਹੜਾ ਹੁਣ ਹਾਈਕੋਰਟ ਨੇ ਆਰਡਰ ਕੀਤੇ ਕਿ ਬਾਰਡਰ ਖੋਲਿਆ ਜਾਵੇ। ਕਿਸਾਨ ਤਾਂ ਬਾਰਡਰ ਬੰਦ ਕਰਾਉਣ ਦੇ ਵਿੱਚ ਹੱਕ ਸੀ। ਮੈਂ ਅੱਗੇ ਕਹਿਣਾ ਚਾਹੁੰਦਾ, ਇਹ 9 ਮਾਸ ਦਾ ਰਿਸ਼ਤਾ ਹੈ ਕਿਸਾਨ ਦਾ ਤੇ ਵਪਾਰੀ ਦਾ, ਇਹਨੂੰ ਆਪਸ ਵਿੱਚ ਅਸੀਂ ਜੋੜ ਕੇ ਰੱਖਣਾ। ਕਿਤੇ ਨਾ ਕਿਤੇ ਇਸ ਵਾਰੀ ਜਿਹੜਾ ਆਪਾਂ ਨੂੰ ਹਰਿਆਣੇ ਦੇ ਬਾਰਡਰ ਤੇ ਰੋਕਿਆ ਗਿਆ, ਉਹਦੇ ਵਿੱਚ ਇੱਕ ਇਹ ਵੀ ਗੱਲ ਸੀ ਕਿ ਲੁਧਿਆਣੇ ਦੇ ਵਪਾਰੀ ਤੰਗ ਹੋਣਗੇ, ਕਿਉਂਕਿ ਉਹਨਾਂ ਨੇ ਸਿੱਧਾ ਦਿੱਲੀ ਨੂੰ ਜਾਣਾ ਸੀ, ਉਹਨਾਂ ਦਾ ਨੁਕਸਾਨ ਵੀ ਹੋਇਆ। ਪਰ ਕਿਸਾਨ ਦਾ ਕੋਈ ਕਸੂਰ ਨਹੀਂ ਹੈ, ਜੇ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਫਿਰ ਉਹਨੇ ਬਾਰਡਰ ਤੇ ਰਹਿਣਾ ਸੀਗਾ, ਜਿਹੜਾ ਹੁਣ ਹਾਈਕੋਰਟ ਨੇ ਆਰਡਰ ਕੀਤੇ ਕਿ ਬਾਰਡਰ ਖੋਲਿਆ ਜਾਵੇ। ਕਿਸਾਨ ਤਾਂ ਬਾਰਡਰ ਬੰਦ ਕਰਾਉਣ ਦੇ ਵਿੱਚ ਹੱਕ ਜੀ ਵੀ ਹੈ, ਲੇਕਿਨ ਜਾਣ ਬੁੱਝ ਕੇ ਵਪਾਰੀਆਂ ਦੇ ਕਿਸਾਨਾਂ ਦੇ ਵਿੱਚ ਦਰਾਰ ਪਾਉਂਦੇ ਵਾਲਿਆਂ ਨੇ ਕਿ ਜਿਹੜੇ ਕਿਸਾਨ ਹੈ ਇਹ ਵਪਾਰ ਦੇ ਖਿਲਾਫ ਹੈ। ਸੋ ਇਸ ਕਰਕੇ ਉਸ ਬਾਰਡਰ ਤੇ ਰੋਕ ਕੇ ਲੁਧਿਆਣੇ ਦੇ ਵਪਾਰੀਆਂ ਨੂੰ ਇਹ ਦੱਸਿਆ ਗਿਆ ਕਿ ਜੇ ਭਾਜਪਾ ਦੀ ਸਰਕਾਰ ਹਿੰਦੁਸਤਾਨ ਜਾਏਗੀ ਤਾਂ ਅਸੀਂ ਇਹ ਕਿਸਾਨ ਭਰਾ ਜਿਹੜੇ ਤੁਹਾਨੂੰ ਤੰਗ ਕਰ ਰਹੇ ਨਜਾਇਜ਼,
ਫਿਰ ਤੋਂ ਅਸੀਂ ਰਾਹਤ ਦਵਾਵਾਂਗੇ। ਫਿਰ ਉਹ ਮੰਦਰ ਮਸਜਿਦ ਦਾ ਲਾਉਣਾ ਕਿ ਅਸੀਂ ਮੰਦਰ ਬਣਾਇਆ, ਇਹ ਸਭ ਤੋਂ ਭਿਆਨਕ ਗੱਲ ਜਿਹੜੀ ਇਸ ਵਾਰੀ ਪੰਜਾਬ ਦੇ ਵਿਚ ਭਾਜਪਾ ਨੇ ਕੀਤੀ ਉਹ ਇਹ ਸੀਗੀ ਕਿ ਸਾਡਾ ਜਿਹੜਾ ਹਿੰਦੂ ਸਿੱਖ ਭਾਈਚਾਰਾ ਜਿਹੜਾ ਨਾ 82 ਚ ਟੁੱਟਿਆ ਨਾ 84 ਚ ਟੁੱਟਿਆ, ਜਿਹੜਾ ਹੁਣ ਤੱਕ ਆਪਸ ਵਿਚ ਭਾਈਚਾਰਾ ਅਸੀਂ ਇੱਕ ਦੂਜੇ ਦਾ ਵਰਤਦੇ, ਅਸੀਂ ਕਦੇ ਨੀ ਵੇਖਿਆ ਨਾ ਹਿੰਦੂ ਨੇ ਨਾ ਅੰਗਰੇਜ਼ੀ ਵੀ ਇਹ ਸਿੱਖ ਹੈ, ਨਾ ਸਿੱਖ ਨੇ ਵੇਖਿਆ ਵੀ ਇਹ ਮੁਸਲਮਾਨ ਹੈ ਜਾਂ ਹਿੰਦੂ ਹੈ ਜਾਂ ਦਲਿਤ ਹੈ ਜਾਂ ਐਸਸੀ ਹੈ। ਇਹਨਾਂ ਨੇ ਪਾਣ ਪਾਉਣ ਦਾ ਕੰਮ ਕੀਤਾ ਲੋਕਾਂ ਦੇ ਦਰਮਿਆਨ, ਤੁਸੀਂ ਕਿੰਨਾ ਚੀਜ਼ ਦੇਖਿਆ ਹੋਣਾ। ਭਾਜਪਾ ਦੇ ਕੋਈ ਲੋਕਾਂ ਨੇ ਕਿਹਾ ਸਾਡੇ ਦਲਿਤ ਭਰਾਵਾਂ ਨੂੰ ਕਿ ਇਹਨੇ ਕਿਸਾਨ ਹੀ ਤੁਹਾਨੂੰ ਕਰਨਗੇ ਤਾਂ ਅਸੀਂ ਤੁਹਾਨੂੰ ਤੁਸੀਂ ਬੂਥ ਲਾਉਂਦੇ ਐ ਕਰੋ। ਸੋ ਕਹਿਣ ਦਾ ਮਤਲਬ ਇਹਨਾਂ ਨੇ ਸਾਡੇ ਪਿੰਡਾਂ ਚ ਵੋਟ ਪਾਉਣ ਦੀ ਮੁਕੰਮਲ ਤੌਰ ਤੇ ਜਿਹੜੀ ਕੋਸ਼ਿਸ਼ ਕੀਤੀ, ਲੇਕਿਨ ਫਿਰ ਵੀ ਪੰਜਾਬ ਦੇ ਲੋਕਾਂ ਨੇ ਆਪਣੇ ਉਸ ਭਾਈਚਾਰੇ ਨੂੰ ਕਾਇਮ ਰੱਖਿਆ। ਇਹ ਅਸੀਂ ਭਾਈਚਾਰਾ ਉਸੇ ਤਰ੍ਹਾਂ ਹੀ ਮੁਕੰਮਲ ਕਾਇਮ ਰੱਖਣਾ, ਚਾਹੇ ਜਿੰਨੀਆਂ ਮਰਜ਼ੀ ਇਸ ਤਰ੍ਹਾਂ ਦੀਆਂ ਫੋਰਸਿਸ ਆ ਜਾਣ, ਕਿਉਂਕਿ ਪੰਜਾਬ ਦੇ ਜਿੱਤ ਉਹ ਪ੍ਰਾਪਤ ਨਹੀਂ ਕਰ ਸਕਦੇ। 26 ਸਾਲ ਇੱਕ ਵੀ ਸੀਟ ਭਾਜਪਾ ਨੂੰ ਪਹਿਲੀ ਵਾਰੀ ਹੋਇਆ ਵੀ 26 ਸਾਲਾਂ ਚ ਇੱਕ ਵੀ ਸੀਟ ਨਹੀਂ ਆਈ, ਨਹੀਂ ਇੱਕ ਅੱਧੀ ਉਹ ਜਿੱਤ ਜਾਂਦੇ ਸੀ। ਉਹ ਕਹਿੰਦੇ ਆ ਕਿਹੜੇ ਗੁਰਦਾਸਪੁਰ ਜਿੱਤ ਜਾਂਦੇ, ਕਿਸੇ ਵਾਲੀ ਸਨੀ ਜਦੋਂ ਜਿੱਤਿਆ। ਸੋ ਕਹਿਣ ਦਾ ਭਾਵ ਕਈ ਵਾਰੀ ਹੁਸ਼ਿਆਰਪੁਰ ਜਿੱਤ ਜਾਂਦੇ ਸੀ। ਸੋ ਕਹਿਣ ਦਾ ਭਾਵ ਇਹ ਆ ਵੀ 26 ਸਾਲਾਂ ਬਾਅਦ ਭਾਜਪਾ ਬੜੀ ਕੋਸ਼ਿਸ਼ ਦੇ ਬਾਅਦ ਪੈਸਾ ਢੇਲਾ ਕਾਨੂੰਨ ਦੌਲਤ ਸਾਜਿਸ਼ਾਂ ਮੰਦਰ ਦਾ ਰੌਲਾ ਇਹ ਪਾ ਪੂ ਕੇ ਇਸ ਦੇ ਬਾਵਜੂਦ ਵੀ ਉਹ ਆਪਣੀ ਸਾਜਿਸ਼ ਚ ਕਾਮਯਾਬ ਨਹੀਂ ਹੋਏ। ਹਾਂ, ਇੱਕਾ ਦੁੱਖਾ ਘਟਨਾਵਾਂ ਸਾਨੂੰ ਸੁਣ ਨੂੰ ਮਿਲੀਆਂ, ਲੇਕਿਨ ਇਹਨਾਂ ਚੀਜ਼ਾਂ ਤੇ ਅਸੀਂ ਗੌਰ ਫਰਮਾਉਣਾ ਤੇ ਭਾਈਚਾਰਾ ਅਸੀਂ ਟੁੱਟਣ ਨਹੀਂ ਦੇਣਾ, ਔਰ ਪੰਜਾਬੀ ਇੰਡਸਟਰੀ ਨੂੰ ਵੀ ਅਸੀਂ ਕਿਤੇ ਨਾ ਕਿਤੇ ਨਾਲ ਹੁਲਾਰਾ ਦੇਣਾ। ਜੇ ਅਸੀਂ ਇੰਡਸਟਰੀ ਨੂੰ ਹੁਲਾਰਾ ਨਾ ਦੇਵਾਂਗੇ, ਜੇ ਕੱਲ ਨੂੰ ਕਾਰੋਬਾਰ ਤੇ ਲੋਕ ਲੱਗਣੇ ਪੰਜਾਬ ਚ ਬੰਦ ਹੋ ਜਾਣਗੇ, ਤਾਂ ਸਾਡੇ ਮੁੰਡੇ ਸਾਰੇ ਜਿਹੜੇ ਫੈਕਟਰੀਆਂ ਚ ਕੰਮ ਕਰਦੇ ਹੈ ਇਹ ਵੀ ਕਿਤੇ ਨਾ ਕਿਤੇ ਘਰਾਂ ਚ ਸਾਡੇ ਆ ਕੇ ਬਹਿ ਜਾਣਗੇ। ਔਰ ਅੱਜ ਕੈਨੇਡਾ ਚ ਦੇਖ ਲਓ ਹਾਲ, ਹੁਣ ਕੈਨੇਡਾ ਚ ਕੰਮ ਨਹੀਂ ਮਿਲ ਰਿਹਾ, ਜਿਹੜੇ ਹੁਣ ਨਵੇਂ ਮੁੰਡੇ ਜਾਂਦੇ ਉਹਨਾਂ ਦਾ ਮਾੜਾ ਹਾਲ ਹੈ, ਕਿਉਂਕਿ ਉੱਥੇ ਭੀੜ ਜ਼ਿਆਦਾ ਹੋ ਗਈ, ਕੰਮ ਘੱਟ ਗਿਆ। ਸੋ ਸਾਨੂੰ ਇਸ ਬਾਰੇ ਚਿੰਤਾ ਰੱਖਣੀ ਜ਼ਰੂਰੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਅਸੀਂ ਹਿੰਦੁਸਤਾਨ ਜਿੱਥੇ ਖਾਸ ਕਰਕੇ ਪੰਜਾਬ ਚ ਵੀ ਉਦਯੋਗ ਪੈਦਾ ਕਰੀਏ, ਜਿੱਥੇ ਸਾਡੇ ਪਿੰਡਾਂ ਦੇ ਮੁੰਡੇ ਆਮ ਘਰਾਂ ਦੇ ਜਾ ਕੇ ਕੰਮ ਕਰ ਸਕਣ, ਕੋਈ ਫੈਕਟਰੀ ਆਏਗੀ ਜਿਹਦੇ ਨਾਲ ਸਾਡਾ ਨੁਕਸਾਨ ਨਾ ਹੋਵੇ, ਲੇਕਿਨ ਐਸਾ ਕਾਰੋਬਾਰ ਆਵੇ ਜਿੱਥੇ ਹਜ਼ਾਰ ਮੁੰਡਾ ਸਾਡਾ ਪੰਜਾਬ ਦਾ ਨੌਕਰੀ ਕਰ ਸਕੇ। ਤੇ ਜੇ ਉਹਦਾ ਚੁੱਲ੍ਹਾ ਜਲੂਗਾ 20,000 ਰੁਪਇਆ ਪੈਸੇ ਲੈ ਕੇ ਆਊਗਾ, ਉਹ ਨਸ਼ੇ ਤੋਂ ਵੀ ਰਾਹਤ ਹੋਏਗੀ, ਪਰ ਕਿਤੇ ਨਾ ਕਿਤੇ ਉਹਦਾ ਘਰ ਹੀ ਚੱਲਦਾ ਰਹੇਗਾ। ਇਹ ਤਮਾਮ ਚੀਜ਼ਾਂ ਆਉਣ ਵਾਲੇ ਸਮੇਂ ਚ ਅਸੀਂ ਇਹਨੂੰ ਸੋਚ ਵਿਚਾਰ ਕੇ ਅਸੀਂ ਇਹਨਾਂ ਤੇ ਗੌਰ ਫਰਮਾਉਣੀ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਪੰਜਾਬ ਚੋਂ ਤੁਹਾਡਾ ਭਰਾ ਤੁਹਾਡਾ ਚੁਣਿਆ ਨੁਮਾਇੰਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੀਆਂ ਗੱਲ ਜ਼ਰੂਰ ਰੱਖਿਆ ਕਰੇਗਾ। ਸਮਾਂ ਕਿਵੇਂ ਆ ਜਿਹੜੇ ਕੋਈ ਉਹਦੀ ਸਵਾਲ ਜਵਾਬ ਲਾਏ ਗਏ ਹੈ, ਅਗਰ ਮੌਕਾ ਮਿਲਿਆ ਇਸ ਸਦਨ ਦੇ ਵਿਚ ਵੀ ਯਾਰ ਹੁਣ 22 ਤਰੀਕ ਤੋਂ ਸ਼ੁਰੂ ਹੋਣਾ, ਤਾਂ ਉਹ ਵੀ ਸਾਰੇ ਮੁੱਦਿਆਂ ਤੇ ਗੌਰ ਫਰਮਾਵਾਂਗੇ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਸਿਆਣੇ ਬੰਦੇ ਨੂੰ ਅੱਖ ਦਾ ਇਸ਼ਾਰਾ ਬੜਾ ਹੁੰਦਾ, ਸੰਦੀਪ ਸੰਧੂ ਤੁਹਾਡੇ ਕਾਬਲ ਜਿਹੜਾ ਤੁਹਾਡਾ ਹਲਕਾ ਇੰਚਾਰਜ ਹੈ
ਉਹਨਾਂ ਦੇ ਖੜੇ ਹੋਣ ਦਾ ਮਤਲਬ ਮੈਂ ਚੰਗੀ ਤਰ੍ਹਾਂ ਸਮਝਦਾ ਕਿ ਹੁਣ ਸਮਾਂ ਹੋ ਗਿਆ ਭਾਈ ਪਰ ਭਰਾ ਮੈਂ ਕਾਹਲੀ ਵਾਲੀ ਕਰ ਨਹੀਂ ਸਕਦਾ, ਮੈਨੂੰ ਜਿੱਥੇ ਜਾਂਦਾ ਉੱਥੇ ਪਿਆਰ ਪੈ ਜਾਂਦਾ। ਹੁਣ ਅਨਸਰ ਕਰਦਾ ਕਿ ਸਾਰਿਆਂ ਨਾਲ ਇਸ ਪਿੰਡ ਦੀ ਤੁਹਾਡੀ ਕਿਰਪਾ ਦੇ ਸਦਕਾ ਮੈਨੂੰ ਬੜੀ ਵੱਡੀ ਜਿਹੜੀ ਜਿੱਤ ਪ੍ਰਾਪਤ ਕਰਾਈ ਹੈ। ਔਰ ਸੰਜੂ ਸਾਹਿਬ ਮੈਂ ਤੁਹਾਡਾ ਬੜਾ ਮਸ਼ਹੂਰ ਹਾਂ ਕਿ ਤੁਹਾਡੇ ਲੋਕਾਂ ਨੇ ਜੋ ਕਿਹਾ ਸੀ ਉਹ ਵੀ ਕਰਨ ਖਾਇਆ। ਜੇ ਕਦੇ ਲਾਖਾ ਲਾਖਾ ਥੋੜਾ ਜਿਹਾ ਮਾੜੀ ਜੀ ਮਿਸ ਮਾਰ ਜਾਂਦਾ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਸੀ। ਤੁਹਾਡੇ ਕਰਕੇ ਅੱਜ ਰਾਜਾ ਵਿੱਚ ਮੈਂਬਰ ਆਫ ਪਾਰਲੀਮੈਂਟ ਬਣੇ ਔਰ ਇਸ ਦੀ ਸੰਸਦ ਦੇ ਵਿੱਚ ਗੁਜ਼ਰਿਆ। ਇਸ ਵਾਰੀ ਬਾਬਾ ਸੁਖ ਹੈਗੇ ਪੰਜਾਬ ਦੀ ਵਿਧਾਨ ਸਭਾ ਚ ਮੈਂ ਕਿਹਾ ਸੀ ਇੱਕ ਹੁੰਦਾ ਤੇ ਦੋ ਗਿਆਰਾਂ ਹੋ ਜਾਂਦੇ। ਬਾਬਾ ਕਿਰਪਾ ਕਰੇ ਅਸੀਂ ਆਪਣੇ ਵੱਡੇ ਭਰਾ ਸਰਦੀਪ ਸਿੰਘ ਸੰਧੂ ਨੂੰ ਵੀ ਇਸ ਵਾਰੀ ਪੰਜਾਬ ਦੀ ਵਿਧਾਨ ਸਭਾ ਚ ਇਸ ਵਾਰੀ ਮੌਕਾ ਦੇਣਾ, ਅੱਗੇ ਇਹ ਕੰਮ ਸੰਭਾਲੇਗਾ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸੀਂ ਰੌਲਾ ਪਾਵਾਂਗੇ ਤਾਂ ਜੋ ਅਸੀਂ ਪੰਜਾਬ ਦੇ ਲੋਕਾਂ ਦਾ ਔਰ ਪੰਜਾਬ ਦੇ ਨੌਜਵਾਨਾਂ ਦਾ ਕੋਈ ਨਾ ਕੋਈ ਭਲਾ ਕਰ ਸਕੀਏ। ਦੁਬਾਰਾ ਫੇਰ ਦਿਲ ਦੀਆਂ ਕਹਿ ਰਹੀਆਂ ਜੋ ਤੁਹਾਡਾ ਆਸ ਕਰਕੇ ਉਹਨਾਂ ਮੇਰੀਆਂ ਮਾਵਾਂ ਦਾ ਭੈਣਾਂ ਦਾ ਜਿਹੜੇ ਸਮੇਂ ਤੋਂ ਸਮਾਂ ਕੱਢ ਕੇ ਆਪਦੇ ਮੁੰਡੇ ਨੂੰ ਆਪਦੇ ਪੁੱਤਰ ਰਾਜੇ ਬੜੇ ਨੂੰ ਸੇਵਾ ਦੇਣ ਵਾਸਤੇ ਤੁਸੀਂ ਆਏ ਹੋ, ਮੈਂ ਤੁਹਾਡਾ ਧੰਨਵਾਦ ਕਰਨਾ। ਔਰ ਇਹ ਅੱਜ ਆ ਕੇ ਕੰਮ ਨਹੀਂ ਖਤਮ ਹੋਣਾ, ਜੇ ਪੰਜ ਵਾਲੀ ਦਸ ਵਾਲੀ ਪਿੰਡ ਚ ਸੱਦੋਗੇ ਤੇ ਰਾਜਾ ਵੜੇ ਕੇ ਦਸ ਵਾਲੀ ਜੇ ਕੁਕੜੇ ਆਏਗਾ ਇਸ ਤੋਂ ਬਾਅਦ ਇਹਦਾ ਕਹਿੰਦਾ ਮੈਂ ਥੋੜਾ ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।